ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। 14 ਸਾਲ ਦੇ ਬੱਚੇ ਕੋਲੋਂ ਦਿਨ ਦਿਹਾੜੇ ਅਣਪਛਾਤੇ ਐਕਟਿਵਾ ਲੁੱਟ ਕੇ ਫਰਾਰ ਹੋ ਗਏ ਤੇ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ। ਦਰਅਸਲ ਇਹ ਮਾਮਲਾ ਹੈ ਬਟਾਲਾ ਦੇ ਸਾਗਰਪੁਰੇ ਇਲਾਕੇ ਦੇ ਵਿੱਚ 7ਵੀਂ ਜਮਾਤ ਦੇ ਵਿੱਚ ਪੜ੍ਹਦੇ ਬੱਚੇ ਕੋਲੋਂ 3 ਅਣਪਛਾਤੇ ਲੋਕਾਂ ਨੇ ਪਿਸਤੌਲ ਦੀ ਨੋਕ ਤੇ ਸਕੂਟੀ ਖੋ ਲਈ। ਜਿਸ ਬੱਚੇ ਕੋਲੋਂ ਲੁੱਟ ਹੋਈ ਹੈ ਉਸਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਘਰੋਂ ਐਕਟਿਵਾ ਤੇ ਸਮਾਨ ਲੈਣ ਗਿਆ ਸੀ ਅਤੇ ਰਸਤੇ ਦੇ ਵਿੱਚ 3 ਲੋਕ ਮੋਟਰਸਾਈਕਲ ਉੱਤੇ ਆਏ, ਪਿਸਤੌਲ ਦਿਖਾ ਕੇ ਮੈਨੂੰ ਬੋਲਦੇ ਕਿ ਉੱਤਰ ਜਾ ਐਕਟਿਵਾ ਤੋਂ, ਤੇ ਮੈਂ ਡਰਦਾ ਮਾਰਾ ਉੱਤਰ ਗਿਆ ਤੇ ਉਹ ਮੇਰੀ ਐਕਟਿਵਾ ਲੈ ਕੇ ਫਰਾਰ ਹੋ ਗਏ। ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਕੀਤਾ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਭਾਜੀ, ਇੱਕ ਬੱਚੇ ਕੋਲ ਸਕੂਟਰੀ ਖੋਈ ਗਈ, ਤੁਸੀਂ ਮੌਕੇ ਤੇ ਗਏ, ਕੀ ਵੇਖ ਕੇ ਕੀ ਕਾਰਵਾਈ ਕੀਤੀ ਜਾ ਰਹੀ? ਸਾਨੂੰ ਪਤਾ ਲੱਗਾ ਸਾਗਰਪੁਰੇ ਅਗਲੇ ਪਾਸੇ ਮੋੜ ਤੇ ਨਾ ਫਾਟਕ ਲੱਗ ਗਏ, ਮੋਕਟ ਖੋਈ ਹੈ, 3 ਅਣਪਛਾਤੇ ਨੌਜਵਾਨ ਆ। ਅਸੀਂ ਮੌਕਾ ਵੇਖ ਆਏ ਹਾਂ, ਬਸ ਉਹ ਬੰਦਿਆਂ ਦੀ ਤਲਾਸ਼ ਕਰਨ ਲੱਗੇ ਹਾਂ, ਹੋ ਸਕੇ ਸ਼ਾਮਾਂ ਤੱਕ ਕਵਰ ਕਰ ਲਈਏ। ਕੀ ਦੱਸਿਆ ਬੱਚੇ ਦੇ ਵੱਲੋਂ ਹਥਿਆਰ ਵੀ ਸੀ? ਹਥਿਆਰ ਤੇ ਵੱਲੋਂ ਤਾਂ ਨਹੀਂ ਦੱਸਿਆ, ਕੋਈ ਲੈਟਰ ਲੂਟਰ ਹੁੰਦਾ ਜਗਾਉਣ ਵਾਲਾ, ਉਹ ਫੜਿਆ ਇੱਕ ਹੱਥ 'ਤੇ, ਹੋਰ ਨਹੀਂ ਇੱਕ ਚੀਜ਼ ਹੈਗੀ। ਨਹੀਂ, ਬੱਚੇ ਹੀ ਦੱਸਿਆ, ਬਾਅਦ 'ਚ ਲੈਟਰ ਸੀ ਉਹਦੇ ਕੋਲ, ਬਾਕੀ ਵੇਖ ਲੈਂਦੇ ਕਲੀਅਰ ਕਰਕੇ। ਮੇਰਾ ਨਾਮ ਪ੍ਰਕਾਸ਼ ਹੈ ਜੀ। ਪ੍ਰਕਾਸ਼ ਜੀ, ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ? ਬੇਟਾ ਜੀ, ਮੇਰਾ ਇੱਥੇ ਲਾਗੇ ਨਾ ਸਾਡੇ ਘਰ ਦੇ ਲਾਗੇ ਹੀ ਦੁੱਧ ਦੀ ਡੇਰੀ ਹੈ, ਠੀਕ ਹੈ। ਉਹ ਇੱਥੋਂ ਜਸਟ ਨਿਕਲ ਕੇ ਅਤੇ ਦੁੱਧ ਵਾਲਿਆਂ ਦੇ ਘਰ ਦੇ ਲਾਗੇ ਗਿਆ, ਉੱਥੇ ਨਾਲ ਇੱਕ ਕਰਿਆਨੇ ਸ਼ੋਪ ਆ, ਬ੍ਰੈਡ ਲੈਣ ਗਿਆ ਅਤੇ ਨਾਲੇ ਦੁੱਧ ਵੀ ਲੈਣ ਜਾਂਦਾ ਉੱਥੋਂ ਡੇਲੀ ਜਾਂਦਾ, ਅਤੇ ਬਿਲਕੁਲ 1 ਕਿੱਲਾ ਹਟਵਾ ਸਾਡਾ ਘਰ ਆ ਉੱਥੋਂ। ਬਸ ਇਹ ਨਿਕਲਿਆ ਸਕੂਟਰੀ ਲੈ ਕੇ, 3 ਮੁੰਡੇ ਆਏ ਆ, ਜੋ ਇਹਨੇ ਦੱਸਿਆ ਕਿ 3 ਜਣੇ ਆਏ, ਉਹਨਾਂ ਨੇ ਇੱਕ ਨੇ ਪਿਸਟਲ ਵਿਖਾਇਆ, ਉਹਨੂੰ ਕਹਿੰਦੇ ਸਕੂਟਰੀ ਤੋਂ ਉੱਤਰ ਜਾ, ਹੁਣ ਤੇਰਾ ਕੋਈ ਕੰਮ ਨਹੀਂ, ਅਤੇ ਬਸ ਜੀ ਇਹ ਉੱਤਰ ਗਿਆ, ਇਹਨੇ ਸਕੂਟਰੀ ਦੇ ਤੀ, ਇਹ ਘਰ ਆ ਗਿਆ ਨਾਲ ਉਸੇ ਵੇਲੇ, 1 ਮਿੰਟ ਦੀ ਦੂਰੀ 'ਤੇ ਸਾਡਾ ਘਰ ਆ ਜਿੱਥੋਂ ਕੋਈ। ਕੀ ਲੱਗਦਾ ਕਿ ਕੌਣ ਹੋ ਸਕਦਾ, ਜਾਂ ਇਲਾਕੇ 'ਚ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ? ਹਾਂਜੀ, ਫਿਲਹਾਲ ਤਾਂ ਵਾਰਦਾਤਾਂ ਸਾਡੇ ਫਾਟਕ ਦੇ ਲਾਗੇ ਹੁੰਦੀਆਂ ਰਹਿੰਦੀਆਂ, ਅਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਤੀ ਹੈ ਰਾਤ ਵੀ ਵਾਰਦਾਤ ਨਾ ਆਏ, ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ। ਬੱਚੇ ਦੇ ਕੀ ਹਾਲਾਤ ਨੇ, ਸ਼ਾਮਿਆਂ ਦਾ ਵਜਾ? ਹਾਂ, ਬੱਚਾ ਵੇਖੋ ਜੀ ਡਰ ਤੇ ਜਾਂਦਾ ਜੀ, ਬੱਚਾ ਤਾਂ ਛੋਟਾ ਹੀ ਹੈ ਜੀ। ਪੁਲਿਸ ਕੰਪਲੇਂਟ ਕਰ? ਹਾਂਜੀ, ਪੁਲਿਸ ਕੰਪਲੇਂਟ, ਪੁਲਿਸ ਵਾਲਿਆਂ ਨੂੰ ਕਰਤੀ ਇਨਫੋਰਮੇਸ਼ਨ ਜੀ, ਜਾ ਰਹੇ ਉੱਥੇ ਥਾਣੇ ਜਾ ਰਹੇ, ਬਾਕੀ ਗੱਲ ਕਰਦੇ ਉਹਨਾਂ ਨਾਲ ਜਾ ਕੇ। ਅੰਤਰਪ੍ਰੀਤ ਸਿੰਘ, ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ 'ਚ ਪੜ੍ਹਦੇ? ਮੈਂ 8th 'ਚ ਪੜ੍ਹਦਾ, ਸਾਗਰਪੁਰ ਰਹਿੰਦੇ ਹਾਂ। ਕੀ ਹੋਇਆ ਕਿ ਮੈਂ ਜਾਣ ਰਿਹਾ ਸੀ ਦੁਕਾਨ ਤੇ ਘਰ ਵਾਪਸ ਆਉਣ ਰਿਹਾ ਸੀ, ਉੱਥੋਂ 3 ਜਣੇ ਆਏ ਆ ਪਲੈਟੀਨਾ ਮੋਟਰਸਾਈਕਲ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋ ਕੇ ਲੈ ਗਏ। ਹਾਂਜੀ, ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ? ਮੈਂ ਆਪਣਾ ਸਮਾਨ ਲੈਣ ਗਿਆ ਸੀ, ਬ੍ਰੈਡ ਲੈਣ ਗਿਆ ਸੀ। ਹਾਂਜੀ, ਕੀ ਕਿਹਾ ਉਹਨਾਂ ਨੇ? ਉਹਨਾਂ ਨੇ ਕਿਹਾ ਕਿ ਉੱਤਰ ਜਾਣ ਤੋਂ। ਅੱਛਾ, ਹਾਂਜੀ। ਉਹ ਬੰਨੇ ਦੇ ਤਿੰਨਾਂ ਨੇ? ਨਹੀਂ ਨਹੀਂ, ਕਿਸ ਸਰਦਾਰ? ਮੁੰਨੇ। ਅੱਛਾ, ਤਿੰਨੇ? ਹਾਂਜੀ। ਹੱਥ 'ਚ ਹੋਰ ਕੀ ਸੀ? ਉਹ ਪਿਸਟਲ ਹੀ, ਹੋਰ ਕੁਝ ਨਹੀਂ ਹੈ। ਬਸ ਖਲਾ ਰਿਹਾ, ਅੱਗੇ ਮੋਟਰਸਾਈਕਲ ਲਾ ਲਿਆ ਇਸ ਤਰ੍ਹਾਂ ਕਰਕੇ ਤੇ ਫੇਰ ਆਉਂਦੇ ਉੱਤਰ ਹੁਣ ਤੋਂ। ਹਾਂਜੀ, ਕਿਹਦੇ ਕੋਲ ਹਥਿਆਰ ਹੈਗਾ ਸੀ? ਕਿਸੇ ਕੋਲ ਹੈਗਾ ਸੀ? ਕਿੰਨੇ ਜਣੇ ਕੋਲ? ਇੱਕੋ। ਫਿਰ ਮੈਂ ਘਰ ਆ ਗਿਆ। ਹਾਂਜੀ, ਫਿਰ ਮੈਂ ਦੱਸਿਆ ਮੰਮਾ ਨੂੰ ਤੇ ਫਿਰ ਮੰਮਾ ਨੇ ਪਾਪਾ ਨੂੰ ਦੱਸਿਆ।